ਬੀਤੀ 28 ਜੁਲਾਈ ਨੂੰ ਮੋਗਾ ਦੇ ਪਿੰਡ ਦੀਨਾ ਸਾਹਿਬ ਵਿਖੇ ਇੱਕ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਅੰਮ੍ਰਿਤਪਾਲ ਸਿੰਘ 26 ਸਾਲਾਂ ਦਾ ਤੇਜ਼ ਤਿਹਾਰਾਂ ਦੇ ਨਾਲ ਕਤਲ ਕਰ ਦਿੱਤਾ ਸੀ ਅਤੇ ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਸੀ ਕਿ ਉਸਦੇ ਪੁੱਤਰ ਦਾ ਕਤਲ ਪਿੰਡ ਦੇ ਹੀ 5 ਨੌਜਵਾਨਾਂ ਨੇ ਕਰ ਦਿੱਤਾ, ਜਿਨ੍ਹਾਂ ਦੇ ਨਸ਼ੇ ਦੇ ਆਦੀ ਹੋਣ ਦੇ ਵੀ ਦੋਸ਼ ਲਾਏ ਸਨ। ਪਰ ਇਸ ਮਾਮਲੇ ਨੂੰ ਉਸ ਸਮੇਂ ਨਵਾਂ ਮੁੜ ਲਿਆ ਜਦੋਂ ਅੱਜ ਮਨਜੀਤ ਸਿੰਘ DSP ਥਾਣਾ ਨਿਹਾਲ ਸਿੰਘ ਵਾਲਾ ਅਤੇ ਲਛਮਣ ਸਿੰਘ SHO ਨੇ ਪ੍ਰੈਸ ਨੂੰ ਇਸ ਕਤਲਕਾਂਡ ਦੀ ਜਾਣਕਾਰੀ ਦਿੰਦੇ ਕਿਹਾ ਕਿ ਕਤਲ ਮਾਮਲੇ 'ਚ ਨਾਮਜ਼ਦ ਪਿੰਡ ਦੀਨਾ ਨੇ ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਰੂਪ ਸਿੰਘ, ਮੰਗਾ ਅਤੇ ਗੁਰਪ੍ਰੀਤ ਸਿੰਘ ਨੂੰ ਪੁਲਿਸ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਤਾਂ ਪੁਲਿਸ ਨੂੰ ਇਹ ਸਾਰਾ ਮਾਮਲਾ ਸ਼ੱਕੀ ਲੱਗਿਆ, ਜਿਹਦੀ ਸਾਰੀ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਅਮਰਜੀਤ ਸਿੰਘ ਬਾਜਵਾ ਨਾਲ ਸਾਂਝੀ ਕੀਤੀ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਹਰਮਿੰਦਰ ਸਿੰਘ ਪਰਮਾਰ SPH ਦੀ ਅਗਵਾਈ ਹੇਠ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿੱਚ ਮਨਜੀਤ ਸਿੰਘ DSP, ਲਛਮਣ ਸਿੰਘ SHO, ਨਰਮਲ ਸਿੰਘ ਸਬ ਇੰਸਪੈਕਟਰ ਅਤੇ ਦੀਨਾ ਸਾਹਿਬ ਦੇ ਚੌਂਕੀ ਇੰਚਾਰਜ ਨੂੰ ਨਿਯੁਕਤ ਕੀਤਾ ਗਿਆ, ਜਿਨ੍ਹਾਂ 3 ਦਿਨ ਪਿੰਡ 'ਚ ਇੱਕ ਤਰ੍ਹਾਂ ਦਾ ਸਰਚ ਅਭਿਆਨ ਚਲਾ ਕੇ ਮ੍ਰਿਤਕ ਦੀ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਥਾਂ 'ਤੇ ਲੱਗੇ CCTV ਕੈਮਰੇ ਵੀ ਚੈੱਕ ਕੀਤੇ ਤਾਂ ਸਾਰੇ ਤਫਤੀਸ਼ ਤੋਂ ਬਾਅਦ ਇਹ ਤੱਥ ਸਾਹਮਣੇ ਆਇਆ ਕਿ ਜਿਨ੍ਹਾਂ 5 ਨੌਜਵਾਨਾਂ 'ਤੇ ਮ੍ਰਿਤਕ ਦੇ ਪਿਤਾ ਨੇ ਕਤਲ ਦੇ ਦੋਸ਼ ਲਾਏ ਸਨ, ਉਹਨਾਂ ਦਾ ਕਤਲ ਨਾਲ ਦੂਰ ਦਾ ਵੀ ਵਾਸਤਾ ਨਹੀਂ, ਸਗੋਂ ਕਤਲ ਉਸਦੇ ਸਕੇ ਭਰਾ ਸਤਨਾਮ ਸਿੰਘ ਨੇ ਹੀ ਆਪਣੇ ਭਰਾ ਦਾ ਕਤਲ ਕੀਤਾ ਹੈ। 7/19 ਨੂੰ ਸਾਨੂੰ ਇਤਲਾਹ ਮਿਲੀ ਕਿ ਪਿੰਡ ਦੀਨਾ ਸਾਹਿਬ ਵਿਖੇ ਅੰਮ੍ਰਿਤਪਾਲ ਸਿੰਘ ਪੁੱਤਰ ਮੰਦਰ ਸਿੰਘ ਦਾ ਕਤਲ ਹੋ ਗਿਆ ਅਤੇ ਪੁਲਿਸ ਪਾਰਟੀ ਮੌਕੇ 'ਤੇ ਤਫਤੀਸ਼ ਦੇ ਸੰਬੰਧ ਵਿੱਚ ਪਹੁੰਚੀ ਅਤੇ ਸਾਡੇ ਪਾਸ ਮੰਦਰ ਸਿੰਘ ਨੇ ਇਹ ਬਿਆਨ ਤਹਿਰੀਰ ਕਰਵਾਇਆ ਕਿ ਉਸਦੇ ਲੜਕੇ ਅੰਮ੍ਰਿਤਪਾਲ ਸਿੰਘ ਉਮਰ ਕਰੀਬ 26 ਸਾਲ ਨੂੰ ਪਿੰਡ ਦੇ ਹੀ ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਰੂਪੀ, ਮੰਗਾ ਅਤੇ ਗੁਰਦੀਪ ਸਿੰਘ ਨੇ ਆਪਸ ਲੜਾਈ ਝਗੜੇ ਕਰਕੇ ਉਹਦਾ ਕਤਲ ਕਰਕੇ ਤੇਜ਼ ਧਿਆਰ ਨਾਲ ਉਹਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਇਹ ਅਸੀਂ ਉਹ ਜਿਹੜੇ ਨੌਜਵਾਨ 5 ਨੌਜਵਾਨ ਬਾਈ ਨੇ ਜਿਨ੍ਹਾਂ 'ਤੇ ਮੁਕੱਦਮਾ ਦਰਜ ਹੋਇਆ ਉਹਨਾਂ ਨੂੰ ਦਰਾਮੇ ਤਫਤੀਸ਼ ਪੁੱਛਗਿੱਛ ਕੀਤੀ ਅਤੇ ਸਾਨੂੰ ਇਹ ਮੁਕੱਦਮੇ ਦੇ ਹਾਲਾਤ ਕੁਛ ਸ਼ੱਕੀ ਜਾਪੇ। ਇਸ ਤੋਂ ਬਾਅਦ ਮਾਨਯੋਗ SSP ਸਰਦਾਰ ਅਮਰਜੀਤ ਸਿੰਘ ਬਾਜਵਾ ਜੀ ਦੀ ਰਹਿਨਮਾਈ ਅਤੇ ਦਿਸ਼ਾ ਨਿਰਦੇਸ਼ ਹੇਠ ਸਰਦਾਰ HPS ਪਰਮਾਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਮੇਰੇ ਅਧੀਨ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ, ਜਿਹਦੇ ਵਿੱਚ SHO ਨਿਹਾਲ ਸਿੰਘ ਵਾਲਾ, ਸਬ ਇੰਸਪੈਕਟਰ ਨਿਰਮਲਜੀਤ ਸਿੰਘ ਅਤੇ ਚੌਂਕੀ ਇੰਚਾਰਜ ਦੀਨੇ ਦੇ ਅਧਾਰਤ ਅਸੀਂ ਬੜੀ ਡੂੰਘਾਈ ਦੇ ਨਾਲ ਹਰ ਪੱਖ ਤੋਂ ਇਹਦੀ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਪਿੰਡ ਦੇ ਵਿੱਚ ਇੱਕ ਪ੍ਰਕਾਰ ਦਾ ਅਸੀਂ 2-3 ਦਿਨ ਕੈਂਪ ਲਾ ਕੇ ਰੱਖਿਆ, ਹਰੇਕ ਪ੍ਰਕਾਰ ਤੋਂ ਉਹਦੀ ਉਸ ਲੜਕੇ ਦੀ ਅਸੀਂ ਪਲ ਪਲ ਦੀ ਪ੍ਰੈਜੈਂਸ ਦੇਖੀ ਅਤੇ CCTV ਕੈਮਰੇ ਚੈੱਕ ਕੀਤੇ ਅਤੇ ਸਾਡੀ ਦਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਇਹ ਜਿਹੜੇ 5 ਬੰਦੇ ਆ ਇਹਨਾਂ ਦਾ ਕਤਲ ਦੇ ਨਾਲ ਦੋ ਦਾ ਵਾਸਤਾ ਵੀ ਨਹੀਂ ਅਤੇ ਇਹ ਕਤਲ ਇਹਦੇ ਹੀ ਸਕੇ ਭਰਾ ਸਤਨਾਮ ਸਿੰਘ ਨੇ ਕੀਤਾ ਹੈ। ਤੇਰੇ ਦਰਾਨੇ ਤਫਤੀਸ਼ ਜਦੋਂ ਸਤਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਤਾਂ ਸਤਨਾਮ ਸਿੰਘ ਨੇ ਮੰਨਿਆ ਕਿ ਮਿਤੀ 28/7 ਦੀ ਰਾਤ ਨੂੰ ਅੰਮ੍ਰਿਤਪਾਲ ਸਿੰਘ ਅਤੇ ਸਤਨਾਮ ਸਿੰਘ ਜੋ ਕਿ ਆਪਣੇ ਘਰ ਦੇ ਬਾਹਰ ਹੀ ਇੱਕ ਬਰਗਰਾਂ ਅਤੇ ਪਕੌੜਿਆਂ ਅਤੇ ਦੀ ਰੇਹੜੀ ਲਗਾਉਣ ਟਾਈਪ ਦੁਕਾਨ ਚਲਾਉਂਦਾ ਇਹਨਾਂ ਦਾ ਆਪਸ ਵਿੱਚ ਹੀ ਕਿਸੇ ਪ੍ਰਕਾਰ ਘਰੇਲੂ ਝਗੜਾ ਹੋ ਗਿਆ ਅਤੇ ਇਹਨੇ ਗੁੱਸੇ ਦੇ ਵਿੱਚ ਆ ਕੇ ਕਿਉਂਕਿ ਸਤਨਾਮ ਸਿੰਘ ਅੰਮ੍ਰਿਤਧਾਰੀ ਸਿੰਘ ਆ ਇਹਨੇ ਜਿਹੜੀ ਆਪਣੇ ਗਾਤਰੇ ਵਾਲੀ ਕਿਰਪਾਨ ਪਾਈ ਹੋਈ ਆ ਗੁੱਸੇ ਦੇ ਵਿੱਚ ਉਹਦੇ ਢਿੱਡ ਦੇ ਵਿੱਚ ਮਾਰ ਦਿੱਤੀ ਅਤੇ ਉਹ ਰੌਲਾ ਪਾਉਂਦਾ ਬਾਹਰ ਨੂੰ ਭੱਜ ਗਿਆ ਅਤੇ ਤਕਰੀਬਨ 30 ਕਰਮਾਂ ਦੀ ਦੂਰੀ 'ਤੇ ਜਾ ਕੇ ਉਹ ਡਿੱਗ ਪਿਆ ਅਤੇ ਜਿੱਥੇ ਉਹਦੀ ਮੌਤ ਹੋ ਗਈ। ਅਤੇ ਇਸ ਤੋਂ ਬਾਅਦ ਇਹ ਜਿਹੜਾ ਨਿਰਦੇਸ਼ ਅਨੁਸਾਰ ਅਸੀਂ
ਇਹ ਬੜਾ ਗਰਵ ਮਹਿਸੂਸ ਕਰਦੇ ਹਾਂ ਵੀ ਅਸੀਂ ਜਿਹੜੇ ਪੰਜ ਬੰਦੇ ਜਿਹੜੇ ਕਿਸੇ ਪ੍ਰਕਾਰ ਦੇ ਇੱਕ ਤਰ੍ਹਾਂ ਨਾਲ ਪ੍ਰੋਬਲਮ ਦੇ ਵਿੱਚ ਪੈ ਗਏ ਸੀ, ਉਹਨਾਂ ਨੂੰ ਇਨਸਾਫ ਦਵਾਇਆ ਅਤੇ ਜਿਹੜਾ ਅਸਲ ਦੋਸ਼ੀ ਸੀ ਉਹਨੂੰ ਸਲਾਖਾਂ ਪਿੱਛੇ ਬੰਦ ਕਰਵਾਇਆ।